ਸਾਰੇ ਵਿਦਿਆਰਥੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਇਸ ਜਮਾਤ ਵਿੱਚ ਜਿਸ ਵਿੱਚ ਆਪਾਂ ਸਾਡੀ ਜਿਹੜੀ 12ਵੀਂ ਜਮਾਤ ਵਾਲੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ ਸੋ ਉਹਦੇ ਵਿੱਚ ਖੰਡ ਕਵਤਾ ਵਾਲੇ ਚ ਜਿਹੜੇ ਕਵੀ ਦੇ ਰੱਖੇ ਹੈ ਜੀ ਉਹਨਾਂ ਦੇ ਵਿੱਚੋਂ ਇੱਕ ਹੋਰ ਕਵੀ ਆਪਾਂ ਪੜਨ ਜਾ ਰਹੇ ਆ ਜਿਨ੍ਹਾਂ ਦਾ ਨਾਮ ਹੈ ਜੀ ਗੁਰਭਜਨ ਗਿੱਲ ਆਧੁਨਿਕ ਪੰਜਾਬੀ ਕਵੀਆਂ ਦੇ ਵਿੱਚ ਇੱਕ ਪ੍ਰਸਿੱਧ ਨਾਮ ਹੈ ਜੀ ਗੁਰਪਜਨ ਗਿੱਲ ਜੀ ਦਾ ਗੁਰਪਜਨ ਗਿੱਲ ਜੀ ਦੀ ਇੱਕ ਪ੍ਰਸਿੱਧ ਕਵਤਾ ਗੀਤ ਰੂਪ ਵਿੱਚ ਲਿਖੀ ਗਈ ਹੈ ਜਿਹਦਾ ਸਰਲੇਖ ਹੈ ਧੀਆਂ ਦੀਆਂ ਲੋੜੀਆਂ ਲੋੜੀ ਦਾ ਸੰਬੰਧ ਅਕਸਰ ਜਿਹੜਾ ਮੁੰਡੇ ਦੇ ਜਨਮ ਨਾਲ ਜੋੜਿਆ ਜਾਂਦਾ ਜਦੋਂ ਘਰ ਦੇ ਵਿੱਚ ਮੁੰਡਾ ਹੁੰਦਾ ਤਾਂ ਆਪਾਂ ਖੁਸ਼ੀ ਮਨਾਉਂਦੇ ਆ ਲੋੜੀ ਵੰਡਦੇ ਆ ਸੋ ਇੱਥੇ ਕਵੀ ਨੇ ਧੀਆਂ ਦੀਆਂ ਲੋੜੀਆਂ ਜਿਹੜੀ ਵੰਡਣ ਦੀ ਗੱਲ ਕੀਤੀ ਹੈ ਇਹ ਅੱਜ ਦੇ ਸਮੇਂ ਦਾ ਜਿਹੜਾ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ 3ਾਂ ਦੀਆਂ ਲੋੜੀਆਂ ਅੱਜ ਦੇ ਸਮੇਂ ਜਿਹੜੀ ਮਤਲਬ ਕੀ ਹੈ ਵੀ ਧੀ ਤੇ ਪੁੱਤਰ ਦੇ ਵਿੱਚ ਜਿਹੜੀ ਸਮਾਨਤਾ ਹੈ ਉਹ ਅਧਿਕਾਰ ਹੈ ਜਿਹੜੇ ਤੋਂ ਉਹਨਾਂ ਦੇ ਬਰਾਬਰ ਜਿਹੜੇ ਉਸ ਨੂੰ ਸਮਝਿਆ ਜਾਣਾ ਬਹੁਤ ਜ਼ਰੂਰੀ ਹੈ ਤੇ ਉਸ ਅਧਿਕਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ 3ਾਂ ਦੀਆਂ ਲੋੜੀਆਂ ਇਹ ਵੀ ਅੱਜਕੱਲ ਮਨਾਉਣ ਦਾ ਰਿਵਾਜ ਹੌਲੀ-ਹੌਲੀ ਪੈ ਰਿਹਾ ਹੈ ਜੀ ਸਮਾ ਜਿਹੜਾ ਉਹ ਬਦਲਦਾ ਜਾ ਰਿਹਾ ਸੋ ਸਭ ਤੋਂ ਪਹਿਲਾਂ ਇੱਕ ਗੀਤ ਹੈ ਜਿਹੜਾ ਇਸ ਨੂੰ ਮੈਂ ਪੜ੍ਹਦਾ ਥੋੜੇ ਜਿਹਾ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਵੀ ਨੇ ਆਪਣੇ ਕੀ ਭਾਵ ਕੀ ਵਿਚਾਰ ਇਸ ਗੀਤ ਦੇ ਵਿੱਚ ਰੱਖਿਆ ਜੀ ਕਵੀ ਦਾ ਨਾਮ ਹੈ ਜੀ ਗੁਰਪਜਨ ਗਿੱਲ ਗਾਈ ਜਾਓ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ ਵੰਡਿਆ ਕਰੋ ਜੀ ਪਰ ਧੀਆਂ ਦੀਆਂ ਲੋੜੀਆਂ ਗੁਰੂਆਂ ਦੇ ਆਖੇ ਸੱਚੇ ਬੋਲਾਂ ਨੂੰ ਹੈ ਪਾਲਣਾ ਤਿੰਨ ਅਤੇ ਤਰੇਕਾਂ ਦੀਆਂ ਛਾਵਾਂ ਨੂੰ ਹੈ ਪਾਲਣਾ ਇਹਨਾਂ ਨੇ ਹੀ ਸੁੱਖਾ ਸਦਾ ਵੀਰਾ ਦੀਆਂ ਲੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਜਿਹੜੇ ਘਰ ਧੀਆਂ ਵਾਲੀ ਠੰਡੀ ਮਿੱਠੀ ਛਾਹ ਨਹੀਂ ਉਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ ਤਿਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ ਸਾਜਦੀਆਂ ਤੰਦਾ ਸਦਾ ਰਖੜੀ ਨਜੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਪਿਆਰ ਪਾਣੀ ਪਾਓ ਇਸ ਜ਼ਿੰਦਗੀ ਦੀ ਵੇਲ ਨੂੰ ਫੁੱਲ ਤਾਈਆਂ ਲੱਗਣੇ ਨੇ ਚਾਂਦਨੀ ਰਵੇਲ ਨੂੰ ਸਦਾ ਪਛਤਾਏ ਜੀ ਨਾ ਟਾਣੀਆਂ ਨੇ ਤੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਧੀਆਂ ਦੀਆਂ ਲੋੜੀਆਂ ਵੰਡਣ ਨੂੰ ਪ੍ਰੇਰਿਤ ਕੀਤਾ ਹੈ ਜੀ ਪ੍ਰੇਰਣਾ ਦਿੱਤੀ ਹੈ ਮਨੁੱਖ ਨੂੰ ਅੱਜ ਦੇ ਸਮਾਜ ਦੇ ਵਿੱਚ ਅੱਜ ਦੇ ਸਮਾਜ ਦਾ ਜੋ ਜਿਹੜਾ ਇਹ ਇੱਕ ਪੱਖ ਦਾ ਮੁੱਦਾ ਹੈ ਤੁਸੀਂ ਕਹਿ ਸਕਦੇ ਹੋ ਵੀ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਸਾਨੂੰ ਇਸ ਕਰਕੇ ਧੀਆਂ ਦੀ ਵੀ ਲੋੜੀ ਵੰਡਣੀ ਚਾਹੀਦੀ ਹੈ ਗਾਈ ਜਾਓ ਭਾਵ ਤੁਸੀਂ ਵੀਰਾਂ ਦੀਆਂ ਘੋੜੀਆਂ ਕਵੀ ਕਹਿੰਦਾ ਤੁਸੀਂ ਚਾਹੇ ਤੁਸੀਂ ਵੀਰਾਂ ਦੀਆਂ ਘੋੜੀਆਂ ਗਾਈ ਜਾਓ ਭਾਵ ਕੀ ਆ ਵੀ ਘੋੜੀਆਂ ਮੁੰਡੇ ਦੇ ਵਿਆਹ ਤੇ ਗਾਏ ਜਾਣ ਵਾਲੇ ਗੀਤ ਹੁੰਦੇ ਆ ਜੀ ਘੋੜੀਆਂ ਕੀ ਹੁੰਦਾ ਹੈ ਮੁੰਡੇ ਦੇ ਵਿਆਹ ਤੇ ਗਾਏ ਜਾਣ ਵਾਲੇ ਗੀਤ ਵਿਆਹ ਤੇ ਗਾਏ ਜਾਣ ਵਾਲੇ ਗੀਤ ਹੁੰਦੇ ਆ ਜੀ ਉਸ ਨੂੰ ਕਿਹਾ ਜਾਂਦਾ ਹੈ ਘੋੜੀਆਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਕੀ ਕਿਹਾ ਜਾਂਦਾ ਘੋੜੀਆਂ ਕਿਹਾ ਜਾਂਦਾ ਵੀ ਕਵੀ ਕਹਿੰਦਾ ਕਿ ਤੁਸੀਂ ਚਾਹੇ ਮੁੰਡੇ ਦੇ ਵਿਆਹ ਤੇ ਘੋੜੀਆਂ ਗਾਈ ਜਾਓ ਕੋਈ ਗੱਲ ਨਹੀਂ ਕਹਿੰਦਾ ਪਰ ਵੰਡਿਆ ਕਰੋ ਜੀ ਭਰਤੀਆਂ ਦੀਆਂ ਲੋੜੀਆਂ ਭਰਤੀਆਂ ਦੀਆਂ ਲੋੜੀ ਤੁਸੀਂ ਜਰੂਰ ਵੰਡਿਆ ਕਰੋ ਉਹਨਾਂ ਦੇ ਵੀ ਜਨਮ ਦੀ ਖੁਸ਼ੀ ਜਰੂਰ ਮਨਾਇਆ ਕਰੋ ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਹੈ ਪਾਲਣਾ ਕਵੀ ਗੁਰਪੱਜਨ ਗੱਲ ਜੀ ਕੀ ਕਹਿੰਦੇ ਆ ਜੀ ਕਹਿੰਦੇ ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ ਸਾਡੇ ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ ਨਾ ਗੁਰਬਾਣੀ ਦੇ ਵਿੱਚ ਉਹਨਾਂ ਦੇ ਬੋਲਾਂ ਨੂੰ ਸਾਨੂੰ ਪਾਲਣਾ ਚਾਹੀਦਾ ਹੈ ਸਾਨੂੰ ਉਹਨਾਂ ਦੇ ਬੋਲਾਂ ਨੂੰ ਮੰਨਣਾ ਚਾਹੀਦਾ ਹੈ ਸਾਡੇ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਕੀ ਆਖਿਆ ਸਾਡੇ ਗੁਰੂਆਂ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਆ ਨਾ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਆ ਵੀ ਸਾਨੂੰ ਕੀ ਹੈ ਵੀ ਉਸ ਔਰ ਜਿਹੜੀ ਔਰਤ ਹੈ ਉਹ ਰਾਜਿਆਂ ਨੂੰ ਵੀ ਜਨਮ ਦਿੰਦੀ ਹੈ ਇਸ ਕਰਕੇ ਸਾਨੂੰ ਉਸ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਰਾਜੇ ਮਹਾਰਾਜੇ ਵੀ ਵੱਡੇ-ਵੱਡੇ ਔਰਤ ਦੀ ਕੁੱਖ ਚੋਂ ਜਨਮ ਲੈਂਦੇ ਆ ਸੋ ਕਿਉ ਮੰਦਾ ਆਖੀਐ ਜਿਤ ਜਬ ਮਹਾਰਾਜਾਨ ਇਹ ਸਾਡੇ ਗੁਰੂਆਂ ਨੇ ਸਾਡੇ ਗੁਰੂਆਂ ਨੇ ਜਿਹੜੀ ਔਰਤ ਦੀ ਜਿਹੜੀ ਦੱਬੀ ਕੁਚਲੀ ਸਥਿਤੀ ਸੀ ਉਸ ਨੂੰ ਉੱਚਾ ਉਠਾਉਣ ਵਾਸਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਆਖੇ ਨੇ ਗੁਰੂਆਂ ਦੇ ਆਖੇ ਸੱਚੇ ਬੋਲਾਂ ਨੂੰ ਹੈ ਪਾਲਣਾ ਧੀਆਂ ਤੇ ਤਰੇਕਾਂ ਦੀਆਂ ਛਾਵਾਂ ਨੂੰ ਹੈ ਪਾਲਣਾ ਤਰੇ ਇੱਕ ਹੁੰਦੀ ਹੈ ਡੇਕ ਇੱਕ ਸੰਗੜਾ درخت ਹੁੰਦਾ ਜਿਸ ਦੀ ਛਾਂ ਹੈ ਜਿਹੜੀ ਬੜੀ ਸੰਘਣੀ ਹੁੰਦੀ ਹੈ ਬੜੀ ਪਿਆਰੀ ਛਾਂ ਹੁੰਦੀ ਹੈ ਧੀਆਂ ਤੇ ਤਰੇਕਾ ਧੀਆਂ ਦੀ ਤੁਲਨਾ ਅਕਸਰ ਤਰੇਕਾ ਦੇ ਨਾਲ ਕੀਤੀ ਹੈ ਕਵੀਆਂ ਨੇ ਸੋ ਇੱਥੇ ਗੁਰਭਜਨ ਗਿੱਲ ਨੇ ਵੀ ਉਹੀ ਵਿਧੀ ਅਪnai ਹੈ ਧੀਆਂ ਤੇ ਤਰੇਕਾ ਦੀਆਂ ਛਾਵਾਂ ਨੂੰ ਹੈ ਪਾਲਣਾ ਲੱਭਣਾ ਮਤਲਬ ਕਿ ਇਹ ਛਾਵਾਂ ਜਿਹੜੀਆਂ ਇਹ ਬੜੀ ਮੁਸ਼ਕਲ ਦੇ ਨਾਲ ਲੱਭਦੀਆਂ ਧੀਆਂ ਤੇ ਤਰੇਕਾ ਦੀਆਂ ਇਨਾਂ ਨੇ ਹੀ ਸੁੱਖਾ ਸਦਾ ਵੀਰਾਂ ਦੀਆਂ ਲੋੜੀਆਂ ਲੋੜੀਆਂ ਮਤਲਬ ਹੁੰਦਾ ਚਾਹੀਆਂ ਮਤਲਬ ਇੱਛਾ ਰੱਖਣੀ ਕਿਸੇ ਗੱਲ ਦੀ ਇਹ ਭੈਣਾ ਹੀ ਹੈ ਜਿਹੜੀਆਂ ਵੀਰ ਦੀ ਵੀਰ ਦੀ ਸੁੱਖ ਸੁੱਖ ਦੀਆਂ ਭੈਣਾ ਹੀ ਹੁੰਦੀਆਂ ਚਾਹੀਆਂ ਮਤਲਬ ਇੱਛਾ ਰੱਖਣੀ ਇਹ ਭੈਣਾ ਹੀ ਇੱਛਾ ਰੱਖਦੀਆਂ ਵੀ ਸਾਡਾ ਵੀਰ ਹੈ ਜਿਹੜਾ ਉਹ ਹਮੇਸ਼ਾ ਸੁਖੀ ਵਸੇ ਖੁਸ਼ ਰਹੇ ਹਮੇਸ਼ਾ ਆ ਅਰਥ ਯਾਦ ਰੱਖਣੇ ਹੈ ਲੋੜੀਆਂ ਮਤਲਬ ਲੋੜ ਹੋਣੀ ਚਾਹੀਆਂ ਇੱਛਾ ਰੱਖਣੀ ਚਾਹਣਾ ਕਿਸੇ ਚੀਜ਼ ਨੂੰ ਇਹਨਾਂ ਨਹੀਂ ਸੁੱਕੱਸਦਾ ਵੀਰਾ ਧੀਆਂ ਲੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਕਵੀ ਕਹਿੰਦਾ ਕਿ ਤੁਸੀਂ ਧੀਆਂ ਦੀਆਂ ਲੋੜੀਆਂ ਵੀ ਵੰਡਿਆ ਕਰੋ ਜਿਹੜੇ ਘਰ ਧੀਆਂ ਵਾਲੀ ਠੰਡੀ ਮਿੱਠੀ ਛਾਂ ਨਹੀਂ ਕਹਿਣ ਦਾ ਭਾਵ ਕੀ ਹੈ ਕਿ ਜਿਸ ਘਰ ਦੇ ਵਿੱਚ ਧੀਆਂ ਨਹੀਂ ਹੁੰਦੀਆਂ ਉਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ ਰਹਿਮਤ ਦਾ ਮਤਲਬ ਹੁੰਦਾ ਬਖਸ਼ਿਸ਼ ਬਖਸ਼ਿਸ਼ ਕਹ ਲਓ ਕਿਰਪਾ ਕਹ ਲਓ ਉਸ ਘਰ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਕਦੇ ਨਹੀਂ ਹੋ ਸਕਦੀ ਤਿਆਂ ਨੂੰ ਕੁੜੀਆਂ ਨੂੰ ਲక్ష్ਮੀ ਵੀ ਕਿਹਾ ਜਾਂਦਾ ਨਾ ਜਦੋਂ ਕਿਸੇ ਦੇ ਘਰ ਲੜਕੀ ਜਨਮ ਲੈਂਦੀ ਹੈ ਬੇਟੀ ਜਨਮ ਲੈਂਦੀ ਹੈ ਤੇ ਅਕਸਰ ਕਿਹਾ ਜਾਂਦਾ ਕਿ ਉਸ ਦੇ ਘਰ ਤਾਂ ਲక్ష్ਮੀ ਨੇ ਜਨਮ ਲਿਆ ਲక్ష్ਮੀ ਆਈ ਹੈ ਜਿਹੜੇ ਘਰ 3 ਵਾਲੀ ਠੰਡੀ ਮਿੱਠੀ ਛਾਂ ਨਹੀਂ ਉਸ ਘਰ ਰਹਿਮਤਾ ਲਈ ਹੁੰਦੀ ਕੋਈ ਥਾਂ ਨਹੀਂ ਉਸ ਘਰ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ ਘਰ ਦੇ ਵਿੱਚ ਕੋਈ ਦੌਲਤ ਆ ਜਾਵੇ ਘਰ ਦੇ ਵਿੱਚ ਲక్ష్ਮੀ ਆ ਜਾਵੇ ਤਾਂ ਕੋਈ ਨਹੀਂ ਮੋੜਦਾ ਉਵੇਂ ਹੀ 3 ਨੂੰ ਵੀ ਨਹੀਂ ਮੋੜਨਾ ਚਾਹੀਦਾ ਵੰਡਿਆ ਕਰੋ ਜੀ ਤੁਸੀਂ 3 ਦੀਆਂ ਲੋੜੀਆਂ ਦੌਲਤਾਂ ਭਾਵ ਲక్ష్ਮੀ ਤਿਆਂ ਦੀ ਗੱਲ ਹੀ ਕੀਤੀ ਹੈ ਦੌਲਤਾ ਭਾਵ ਲక్ష్ਮੀ ਤਿਆਂ ਦੀ ਗੱਲ ਹੀ ਕੀਤੀ ਹੈ ਕਵੀ ਨੇ ਇੱਥੇ ਦੌਲਤਾ ਕਵੀ ਨੇ ਤਿਆਂ ਨੂੰ ਹੀ ਆਖਿਆ ਘਰ ਆਈਆਂ ਦੌਲਤਾ ਨਾ ਕਿਸੇ ਘਰੋਂ ਮੋੜੀਆਂ ਵੰਡਿਆ ਕਰੋ ਜੀ ਤੁਸੀਂ ਤਿਆਂ ਦੀਆਂ ਲੋੜੀਆਂ ਹਾਂਜੀ ਅੱਗੇ ਕੀ ਕਹਿੰਦਾ ਕਵੀ ਕਹਿੰਦਾ ਪੱਗ ਨਾਲ ਚੁੰਨੀ ਵੇੜਾ ਰਲ ਮਿਲ ਮਹਿਕਦਾ ਤਿਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ ਪੱਗ ਨਾਲ ਚੁੰਨੀ ਪੱਗ ਦਾ ਸੰਬੰਧ ਤਾਂ ਹੈਗਾ ਜੀ ਬੰਦੇ ਨਾਲ ਚੁੰਨੀ ਦਾ ਸਬੰਧ ਹੈਗਾ ਜੀ ਔਰਤ ਦੇ ਨਾਲ ਚੁੰਨੀ ਪੱਗ ਨਾਲ ਚੁੰਨੀ ਵੇੜਾ ਰਲ ਮਹਿਕਦਾ ਵੇੜਾ ਜਿਹੜਾ ਜਿਹੜਾ ਘਰ ਕਹਿ ਲੋ ਤੁਸੀਂ ਆਂਗਣ ਜਿੰਨੂੰ ਕਹਿ ਦਿੰਨੇ ਆ ਘਰ ਦੇ ਵਿੱਚ ਔਰਤ ਤੇ ਆਦਮੀ ਦੋਨੋਂ ਹੀ ਹੋਣੇ ਚਾਹੀਦੇ ਆ ਦੋਨਾਂ ਦੇ ਨਾਲ ਹੀ ਵੇੜਾ ਜਿਹੜਾ ਉਹ ਮਹਿਕਦਾ ਹੈ ਘਰ ਚੰਗਾ ਲੱਗਦਾ ਹੈ ਔਰਤ ਬਿਨਾ ਘਰ ਕਿਸੇ ਘਰ ਘਰ ਨਹੀਂ ਰਹਿ ਜਾਂਦਾ ਘਰ ਉਜਾੜ ਦੀ ਤਰ੍ਹਾਂ ਲੱਗਦਾ ਔਰਤ ਤੋਂ ਬਿਨਾ ਤੁਸੀਂ ਆਸ-ਪਾਸੇ ਨਿਗਾਹ ਮਾਰ ਕੇ ਦੇਖ ਲਿਓ ਤੁਹਾਡੇ ਕਿਤੇ ਵੀ ਮੰਨ ਲਓ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਘਰ ਹੈ ਜਿੱਥੇ ਕੇਵਲ ਇੱਕ ਬੰਦਾ ਜਾਂ ਕੋਈ ਦੋ ਬੰਦੇ ਹੀ ਰਹਿੰਦੇ ਆ ਔਰਤ ਦੀ ਵਸੋਂ ਨਹੀਂ ਹੈ ਜਿਸ ਘਰ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ ਤਾਂ ਦੇਖ ਲਿਓ ਤੁਸੀਂ ਉਸ ਉਹ ਘਰ ਹੈ ਜਿਹੜਾ ਘਰ ਨਹੀਂ ਲੱਗਦਾ ਉਹ ਉਜਾੜ ਵਰਗਾ ਲੱਗਦਾ ਵੀ ਉਹ ਘਰ ਨਹੀਂ ਲੱਗਦਾ ਉਹਨੂੰ ਘਰ ਨਹੀਂ ਕਿਹਾ ਜਾ ਸਕਦਾ ਜੇ ਆਪਾਂ ਘਰ ਦੀ ਪਰਿਭਾਸ਼ਾ ਇੱਥੇ ਦਿੱਤੀ ਹੈ ਵਿਹੜੇ ਦੀ ਪਰਿਭਾਸ਼ਾ ਵੀ ਵਿਹੜਾ ਕਿਨੂੰ ਕਿਹਾ ਜਾਂਦਾ ਹੈ ਵੇੜਾ ਉਹ ਹੈ ਜਿਸ ਤੇ ਆਦਮੀ ਤੇ ਔਰਤਾਂ ਦੋਨੋਂ ਰਹਿੰਦੇ ਹੋਣ ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ ਧੀਆਂ ਤੋਂ ਬਿਨਾ ਘਰ ਦੇ ਵਿੱਚ ਸਲੀਕਾ ਸਿਸ਼ਟਾਚਾਰ ਰਹਿਣ ਸਹਣ ਦਾ ਢੰਗ ਜਿਸ ਨੂੰ ਆਪਾਂ ਕਹਿ ਸਕਦੇ ਆ ਸਿਸ਼ਟਾਚਾਰ ਜਿਸ ਨੂੰ ਆਪਾਂ ਇੱਕ ਸ਼ਬਦ ਹੋਰ ਵੀ ਪੜ੍ਹਦੇ ਆ ਸਿਸ਼ਟਾਚਾਰ ਸਲੀਕਾ ਸਿਸ਼ਟਾਚਾਰ ਢੰਗ ਚੱਜ ਕਹਿ ਲਓ ਤੁਸੀਂ ਜਿਸ ਨੂੰ ਚੱਜ ਵੀ ਕਹਿ ਦਿੰਦੇ ਆਪਾਂ ਚੱਜ ਕਹਿ ਲੈਂਦੇ ਆ ਢੰਗ ਜੀਵਨ ਜਿਉਣ ਦਾ ਢੰਗ ਹੈ ਜਿਹੜਾ ਧੀਆਂ ਬਿਨਾਂ ਘਰ ਵੀ ਸਲੀਕੇ ਦੇ ਲਈ ਸਹਿਕ ਦਾ ਸਹਿਕ ਦਾ ਤੋਂ ਪਾਵ ਹੁੰਦਾ ਤੜਪਦਾ ਤੜਪਦਾ ਧੀਆਂ ਬਿਨਾਂ ਘਰ ਵੀ ਸਲੀਕੇ ਦੇ ਲਈ ਸਹਿਕ ਦਾ ਧੀਆਂ ਤੋਂ ਬਿਨਾਂ ਘਰ ਹੈ ਜਿਹੜਾ ਉਹ ਸਿਸ਼ਟਾਚਾਰ ਵਾਸਤੇ ਉਹ ਚੱਜ ਚਾਰ ਵਾਸਤੇ ਤੜਪਦਾ ਰਹਿੰਦਾ ਮਤਲਬ ਉਹਤੇ ਕੋਈ ਚੱਜ ਚਾਰ ਨਹੀਂ ਆਉਂਦਾ ਕਿਸੇ ਨੂੰ ਜੀਵਨ ਜਿਉਣ ਦਾ ਕੋਈ ਢੰਗ ਨਹੀਂ ਆਉਂਦਾ ਜਿਸ ਘਰ ਦੇ ਵਿੱਚ ਧੀਆਂ ਹੈ ਨਹੀਂ ਸਾਜ ਦੀਆਂ ਤੰਦਾਸ ਦਾ ਰਖੜੀ ਨੇ ਜੋੜੀਆਂ ਸਾਜ ਸਾਂਝੀ ਵਾਲਤਾ ਜਿਹਨੂੰ ਸੰਬੰਧ ਕਹਿ ਦਿੰਨੇ ਆਪਾਂ ਸਾਜ ਦੀਆਂ ਤੰਦਾ ਸਾਜ ਦੇ ਧਾਗੇ ਆ ਜਿਹੜੇ ਮਤਲਬ ਇਹ ਆਪਸ ਦੇ ਵਿੱਚ ਜਿਹੜਾ ਸਾਜ ਵਾਲਾ ਜਿਹੜਾ ਪ੍ਰੇਮ ਪਿਆਰ ਹੈ ਉਹ ਰਖੜੀ ਹੀ ਜੋੜਦੀ ਹੈ ਭੈਣ ਭਰਾ ਦੇ ਪਿਆਰ ਨੂੰ ਰਖੜੀ ਹੀ ਜੋੜਦੀ ਹੈ ਵੰਡਿਆ ਕਰੋ ਜੀ ਤੁਸੀਂ 3 ਦੀਆਂ ਲੋੜੀਆਂ ਕਵੀ ਕਹਿੰਦਾ ਤੁਸੀਂ 3 ਦੀਆਂ ਲੋੜੀਆਂ ਵੰਡਿਆ ਕਰੋ ਪਿਆਰ ਪਾਣੀ ਪਾਓ ਇਸ ਜ਼ਿੰਦਗੀ ਦੀ ਵੇਲ ਨੂੰ ਇਸ ਜ਼ਿੰਦਗੀ ਦੀ ਵੇਲ ਨੂੰ ਇਸ ਵੱਲ ਨੂੰ ਪਿਆਰ ਦਾ ਪਾਣੀ ਪਾਓ ਮਤਲਬ ਧੀਆਂ ਦੇ ਨਾਲ ਪ੍ਰੇਮ ਕਰੋ ਪਿਆਰ ਕਰੋ ਫੁੱਲ ਤਾਈਓ ਲੱਗਣੇ ਨੇ ਚਾਂਦਨੀ ਰਵੇਲ ਨੂੰ ਇਹ ਚਾਂਦਨੀ ਇੱਕ ਬੂਟਾ ਹੁੰਦਾ ਜੀ ਚਾਂਦਨੀ ਇੱਕ ਬੂਟਾ ਜਿਵੇਂ ਤੇ ਰਵੇਲ ਜਿਹੜਾ ਹੁੰਦਾ ਜਿਵੇਂ ਚਮੇਲੀ ਦਾ ਬੂਟਾ ਹੁੰਦਾ ਜੀ ਰਵੇਲ ਚਮੇਲੀ ਜੈਸਮੀਨ ਜਿਹਨੂੰ ਆਪਾਂ ਕਹਿ ਦਿੰਨੇ ਆ ਸੋ ਇਹ ਚਮੇਲੀ ਦੇ ਫੁੱਲ ਤੇ ਜਾਂ ਚਾਂਦਨੀ ਵਾਲੇ ਜਿਹੜੇ ਫੁੱਲ ਹੈ ਇਹ ਤਾਈਆਂ ਲੱਗਣਗੇ ਮਤਲਬ ਕੀ ਇਹ ਗੱਲ 3 ਦੀ ਹੋ ਰਹੀ ਹੈ ਇਹ ਪ੍ਰਤੀਕ ਰੂਪ ਵਿੱਚ ਵਰਤੀਆਂ ਗਈਆਂ ਚੀਜ਼ਾਂ ਵੀ ਇਹ ਚਮੇਲੀ ਦੇ ਬੂਟੇ ਨੂੰ ਫੁੱਲ ਤਾਂ ਹੀ ਲੱਗਣਗੇ ਚਮੇਲੀ ਦੇ ਨਾਲ ਉਪਮਾ ਕੀਤੀ ਗਈ ਹੈ 3 ਦੀ ਚਾਂਦਨੀ ਦੇ ਨਾਲ ਉਪਮਾ ਕੀਤੀ ਗਈ ਹੈ 3 ਦੀ ਬੇਏ ਮਤਲਬ ਤਾਂ ਹੀ ਵਧੀਆ ਰਹਿਣੀ ਆ ਇਹ ਤਾਂ ਹੀ ਇਹਨਾਂ ਦਾ ਜੀਵਨ ਸੋਹਣਾ ਰਹੂਗਾ ਜੇ ਆਪਾਂ ਇਸ ਨੂੰ ਪਿਆਰ ਰੂਪੀ ਪਾਣੀ ਪਾਵਾਂਗੇ ਵੇਲ ਨੂੰ ਜਦੋਂ ਜਿੰਨਾ ਚਿਰ ਆਪਾਂ ਪਾਣੀ ਪਾਉਨੇ ਆ ਤਾਂ ਉਹ ਵਧੀਆ ਹਰੀ ਭਰੀ ਰਹਿੰਦੀ ਹੈ ਉਸ ਨੂੰ ਕਿੰਨੇ ਸੋਹਣੇ ਫੁੱਲ ਲੱਗ ਜਾਂਦੇ ਆ ਪਰ ਜਦੋਂ ਆਪਾ ਉਸ ਵੇਲ ਨੂੰ ਪਾਣੀ ਪਾਉਣਾ ਛੱਡਦਾ ਤੇ ਉਹ ਸਮਝੋ ਕਿ ਸੁੱਕ ਜਾਂਦੀ ਹੈ ਉਸ ਨੂੰ ਫਿਰ ਕੋਈ ਫੁੱਲ ਨਹੀਂ ਲੱਗਦਾ ਸੋਕੀ ਗਈ ਜਿਹੜੀ ਉਵੇਂ ਧੀਆਂ ਨੇ ਧੀਆਂ ਨੂੰ ਸਿਰਫ ਪਿਆਰ ਹੀ ਚਾਹੀਦਾ ਹੁੰਦਾ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਪਿਆਰ ਦੇ ਨਾਲ ਰੱਖਣ ਸਦਾ ਪਛਤਾਏ ਜੀ ਨਾ ਟਾਣੀਆਂ ਨੇ ਤੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਇਹ ਹਮੇਸ਼ਾ ਉਹ ਬੰਦਾ ਪਛਤਾਉਂਦਾ ਰਹਿੰਦਾ ਜਿਹੜਾ ਟਾਣੀ ਨੂੰ ਤੋੜਦਾ ਹੈ ਭਾਵ ਜਿਹੜਾ ਧੀਆਂ ਨੂੰ ਦੁੱਖ ਦਿੰਦਾ ਹੈ ਕਾੜੀਆਂ ਨੇ ਤੋੜੀਆਂ ਤੋਂ ਭਾਵ ਹੁੰਦਾ ਧੀਆਂ ਨੂੰ ਦੁੱਖ ਦੇਣਾ ਜਿਹੜਾ ਬੰਦਾ ਧੀਆਂ ਨੂੰ ਦੁੱਖ ਦਿੰਦਾ ਹੈ ਉਹ ਹਮੇਸ਼ਾ ਪਛਤਾਉਂਦਾ ਰਹਿੰਦਾ ਹੈ ਧੀਆਂ ਨੂੰ ਦੁੱਖ ਦੇਣਾ ਜਿਹੜਾ ਬੰਦਾ ਧੀਆਂ ਨੂੰ ਦੁੱਖ ਦਿੰਦਾ ਹੈ ਉਹ ਹਮੇਸ਼ਾ ਪਛਤਾਉਂਦਾ ਰਹਿੰਦਾ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਸੋ ਕਵੀ ਹੈ ਜਿਹੜਾ ਇੱਕ ਸੰਦੇਸ਼ ਦੇ ਰਿਹਾ ਇਸ ਕਵਤਾ ਦੇ ਵਿੱਚ ਕਿ ਸਾਨੂੰ ਧੀਆਂ ਦੀ ਲੋੜੀ ਵੀ ਵੰਡਣੀ ਚਾਹੀਦੀ ਹੈ ਜਿਵੇਂ ਪੁੱਤ ਦੀ ਲੋੜੀ ਵੰਡਦੇ ਆ ਉਵੇਂ ਧੀਆਂ ਦੀ ਲੋੜੀ ਵੀ ਵੰਡਣੀ ਚਾਹੀਦੀ ਆ ਪੂਰੀ ਜਿਹੜੀ ਪੂਰਾ ਗੀਤ ਆ ਮੈਂ ਇਸ ਇੱਕ ਵਾਰ ਇਸ ਨੂੰ ਫੇਰ ਪੜ੍ਹ ਦਿੰਨਾ ਦੁਬਾਰੇ ਗਾਈ ਜਾਓ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ ਵੰਡਿਆ ਕਰੋ ਜੀ ਪਰ ਧੀਆਂ ਦੀਆਂ ਲੋੜੀਆਂ ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ ਧੀਆਂ ਤੇ ਤਰੀਕਾਂ ਦੀਆਂ ਛਾਵਾਂ ਨੂੰ ਹੈ ਪਾਲਣਾ ਇਹਨਾਂ ਨੇ ਹੀ ਸੁੱਖਾ ਸਦਾ ਵੀਰਾਂ ਦੀਆਂ ਲੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਜਿਹੜੇ ਘਰ ਧੀਆਂ ਵਾਲੀ ਠੰਡੀ ਮਿੱਠੀ ਛਾ ਨਹੀਂ ਉਸ ਘਰ ਰਹਿਮਤਾ ਲਈ ਹੁੰਦੀ ਕੋਈ ਥਾਂ ਨਹੀਂ ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਪੱਗ ਨਾਲ ਚੁੰਨੀ ਵੇੜਾ ਰਲ ਮਿਲ ਮਹਿਕਦਾ ਧੀਆਂ ਬਿਨਾਂ ਘਰ ਵੀ ਸਲੀਕੇ ਦੇ ਲਈ ਸਹਿਕਦਾ ਸਾਧ ਧੀਆਂ ਤੰਦਾ ਸਦਾ ਰਖੜੀ ਨੇ ਜੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਪਿਆਰ ਪਾਣੀ ਪਾਓ ਇਸ ਜ਼ਿੰਦਗੀ ਦੀ ਵੇਲ ਨੂੰ ਫੁੱਲ ਤਾਈਓ ਲੱਗਣੇ ਨੇ ਚਾਦਨੀ ਰਵੇਲ ਨੂੰ ਸਦਾ ਪਛਤਾਏ ਜੀਨਾ ਟਾਹਣੀਆਂ ਨੇ ਤੋੜੀਆਂ ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋੜੀਆਂ ਸੋ ਪਿਆਰੇ ਵਿਦਿਆਰਥੀਓ ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਗੁਰਭਜਨ ਗਿੱਲ ਜੀ ਦੀ ਲਿਖੀ ਹੋਈ ਇਹ ਕਵਿਤਾ ਗੀਤ ਰੂਪ ਵਿੱਚ ਜਿਸ ਦਾ ਸਿਰਲੇਖ ਹੈ ਜੀ ਧੀਆਂ ਦੀਆਂ ਲੋੜੀਆਂ ਇਹ ਆਪਣੀ ਖਤਮ ਹੋ ਚੁੱਕੀ ਹੈ ਜੀ ਅਗਲੀ ਕਵਿਤਾ ਲੈ ਕੇ ਜਲਦੀ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ